ਚਾਹੇ ਦੇਸ਼ ਹੋਵੇ ਜਾਂ ਪੂਰੀ ਦੁਨੀਆ, ਮਿਊਜ਼ਿਕ ਅੱਜ ਰੂਹਾਂ ਦੀ ਖੁਰਾਕ ਬਣ ਚੁੱਕਾ ਹੈ। ਕੋਈ ਵੀ ਇਨਸਾਨ ਮਿਊਜ਼ਿਕ ਦੇ ਬਿਨਾਂ ਨਹੀਂ ਰਹਿ ਸਕਦਾ। ਤੇ ਜਦੋਂ ਹੁੰਦੀ ਹੈ ਗੱਲ ਮਿਊਜ਼ਿਕ ਦੀ ਤਾਂ ਸਭ ਤੋਂ ਉੱਤੇ ਆਉਂਦਾ ਹੈ ਪੰਜਾਬੀ ਗੀਤਾਂ ਦਾ ਨਾਮ। ਗੀਤ ਭਾਵੇਂ ਸੈਡ ਹੋਵੇ, ਰੋਮਾਂਟਿਕ ਹੋਵੇ ਜਾਂ ਨੱਚਣ ਵਾਲਾ ਹੋਵੇ, ਹਰ ਗੀਤ ਤੇ ਮਿਹਨਤ ਜ਼ਰੂਰ ਲੱਗਦੀ ਹੈ। ਅਤੇ ਇਸ ਮਿਹਨਤੀ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਇੱਕ ਗੀਤਕਾਰ ਤੋਂ, ਜੋ ਆਪਣੇ ਦਿਲ ਦੀਆਂ ਬੋਲਾਂ ਨੂੰ ਗੀਤਾਂ ਵਿੱਚ ਭਿਰੋ ਦਿੰਦਾ ਹੈ। ਉਹਨਾਂ ਮਿਹਨਤੀ ਗੀਤਕਾਰਾਂ ਵਿੱਚੋਂ ਇੱਕ ਹਨ ਫੇਮਸ ਪੰਜਾਬੀ ਲਿਰਿਸਿਸਟ ਬੰਟੀ ਬੈਂਸ। ਗੀਤਕਾਰੀ ਵਿੱਚ ਦਿਨ ਰਾਤ ਮਿਹਨਤ ਕਰਨ ਵਾਲੇ ਬੰਟੀ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਬਣ ਚੁੱਕੇ ਹਨ। ਬੰਟੀ ਜੀ ਦੇ ਹੱਲੇ ਤੱਕ ਅਣਗਿਣਤ ਗਾਣੇ ਆ ਚੁੱਕੇ ਨੇ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਸਿੰਗਰਸ ਉਹਨਾਂ ਦੇ ਗੀਤ ਗਾ ਚੁੱਕੇ ਨੇ, ਜਿਨ੍ਹਾਂ ਨੂੰ ਬਹੁਤ ਪਿਆਰ ਮਿਲਿਆ। ਅਤੇ ਅੱਜ ਵੈਲੇਂਟਾਈਨਸ ਡੇ ਦੇ ਮੌਕੇ ਤੇ ਬੰਟੀ ਜੀ ਦਾ ਲਿਖਿਆ ਗੀਤ ਸਟੇਨ ਗਨ ਹੋਇਆ ਰਿਲੀਜ਼, ਜਿਸ ਨੂੰ ਆਵਾਜ਼ ਦਿੱਤੀ ਹੈ ਟੈਲੈਂਟਡ ਸਿੰਗਰ ਰੋਮੀਓ ਨੇ। ਅਤੇ ਇਸ ਦਾ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਦ ਬੌਸ ਨੇ। ਇਸ ਦਾ ਵੀਡੀਓ ਡਾਇਰੈਕਟ ਕੀਤਾ ਹੈ ਵਿੰਸੀ ਸੋਹਲ ਨੇ। ਸਟੇਨ ਗਨ ਅਤੇ ਬਾਕੀ ਆਉਣ ਵਾਲੇ ਗੀਤਾਂ ਦੇ ਨਾਲ ਨਾਲ ਅਸੀਂ ਬੰਟੀ ਜੀ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।